ਧੁਰ ਕੀ ਬਾਣੀ ਆਈ। ਇਹ ਸੱਚੀ ਬਾਣੀ ਨੇ, ਦਰਗਾਹੀ ਬਾਣੀ ਨੇ ਮੇਰੀਆਂ ਚਿੰਤਾਵਾਂ ਖਤਮ ਕਰਤੀਆਂ। ਇਹਨੂੰ ਮਹਾਰਾਜ ਨੇ ਐਂ ਵੀ ਆਖਿਆ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ। ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿੱਦਾਂ ਇਹਨੂੰ ਸੁਣਿਆ, ਇਹ ਗੁਰੂ ਹੈ। ਸਿੱਧ ਸਵਾਲ ਕਰਦੇ ਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਤੁਹਾਡਾ ਗੁਰੂ ਕੌਣ ਆ, ਤੁਸੀਂ ਕਿਹਨੂੰ ਮੰਨਦੇ ਹੋ? ਤੇਰਾ ਕਵਣ ਗੁਰੂ, ਕਿਹੜਾ ਗੁਰੂ ਹੈ ਤੇਰਾ? ਕਿਸ ਕਾ ਤੂੰ ਚੇਲਾ? ਤੇਰਾ ਤੂੰ ਜਿਹਦਾ ਚੇਲਾ ਉਸ ਗੁਰੂ ਦਾ ਨਾਂ ਦੱਸ। ਕੀ ਜਵਾਬ ਦਿੱਤਾ ਮਹਾਰਾਜ ਨੇ, ਜਿਹਨੂੰ ਆਪਾਂ ਬਾਣੀ ਗੁਰੂ, ਗੁਰੂ ਹੈ ਬਾਣੀ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸ਼ਬਦ ਗੁਰੂ ਹੈ, ਚੇਲਾ ਸੁਰਤੀ ਹੈ। ਤੁਸੀਂ ਸਰੀਰ ਕਰਕੇ ਸਿੱਖ ਜਦੋਂ ਮਰਜ਼ੀ ਬਣ ਜਾਇਓ, ਜਿਹੜਾ ਸੁਰਤੀ ਕਰਕੇ ਗੁਰੂ ਦਾ ਸਿੱਖ ਨਹੀਂ, ਉਹ ਸਿੱਖ ਨਹੀਂ ਬਣ ਸਕਦਾ ਸਾਰੀ ਜ਼ਿੰਦਗੀ। ਜਿੰਨਾ ਚਿਰ ਤੁਹਾਡੀ ਸੁਰਤੀ 'ਚ ਬਾਣੀ ਦਾ ਵਾਸਾ ਨਹੀਂ, ਜਿੰਨਾ ਚਿਰ ਤੁਹਾਡੀ ਸੁਰਤੀ 'ਚ ਸੱਚ ਨਹੀਂ। ਔਰ ਸਰੀਰ ਨੂੰ ਗੁਰੂ ਮਹਾਰਾਜ ਨੇ ਕਦੇ ਸਿੱਖ ਨਹੀਂ ਆਖਿਆ, ਚੇਲਾ ਨਹੀਂ ਆਖਿਆ। ਗੁਰੂ ਦਾ ਸਿੱਖ ਸਾਡੀ ਸੁਰਤੀ ਹੈ, ਸੁਰਤੀ ਤੱਕ ਸ਼ਬਦ ਪਹੁੰਚੇ। ਅਸੀਂ ਸ਼ਬਦ ਗੁਰੂ ਦੇ ਚੇਲੇ ਬਣਨਾ ਸੁਰਤੀ ਕਰਕੇ, ਸਮਝ ਕਰਕੇ, ਵਿਚਾਰਾਂ ਕਰਕੇ। ਸਿੱਖ ਸਵਾਲ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਖਿਆ ਸੀ ਕਿ ਸਿੱਖਾ, ਅੱਜ ਤੋਂ ਬਾਅਦ ਤੇਰਾ ਘਰ, ਤੇਰਾ ਟਿਕਾਣਾ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਹੈ। ਤੁਸੀਂ ਸਿਆਣੇ ਬੈਠੇ ਹੋ, ਆਪਣਾ ਕੋਈ ਦੋਸਤ ਹੈ, ਮਿੱਤਰ ਹੈ, ਰਿਸ਼ਤੇਦਾਰ ਹੈ, ਉਹ ਘਰ ਬਦਲ ਲਏ। ਅਸੀਂ ਪੁਰਾਣੇ ਘਰ ਤਾਂ ਨਹੀਂ ਉਹਨੂੰ ਲੱਭਣ ਜਾਂਦੇ, ਉਹਦਾ ਦਰਵਾਜ਼ਾ ਬੰਦ ਹੋ ਗਿਆ। ਜਿੱਥੇ ਸਾਡਾ ਆਪਣਾ ਚਲਿਆ ਗਿਆ ਅਸੀਂ ਉੱਥੇ ਜਾਂਦੇ ਹਾਂ। ਅਸੀਂ ਇਹ ਨਹੀਂ ਆਖਾਂਗੇ ਉਹ ਫਲਾਨੇ ਸ਼ਹਿਰ 'ਚ ਰਹਿੰਦਾ ਸੀ, ਫਲਾਨੇ ਪਿੰਡ 'ਚ ਰਹਿੰਦਾ ਸੀ। ਅਸੀਂ ਇਹ ਵੇਖਾਂਗੇ ਕਿ ਅੱਜ ਉਹਦਾ ਟਿਕਾਣਾ ਕਿੱਥੇ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਅਗਲਾ ਪਤਾ ਗੁਰੂ ਦਾ ਦੱਸਿਆ, ਗੁਰੂ ਅੰਗਦ ਸਾਹਿਬ ਦੇ ਚਰਨ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਸਿੱਖਾ ਜੇ ਮੈਨੂੰ ਲੱਭਣਾ, ਮੇਰਾ ਟਿਕਾਣਾ, ਮੇਰਾ ਵਾਸਾ ਗੁਰੂ ਅਮਰਦਾਸ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਸਿੱਖਾ ਜੇ ਮੇਰੇ ਦਰਸ਼ਨ ਕਰਨੇ ਨੇ, ਗੁਰੂ ਰਾਮਦਾਸ ਮਹਾਰਾਜ 'ਚ ਹੋਣਗੇ। ਇਵੇਂ ਨੌ ਪਾਤਸ਼ਾਹੀਆਂ ਹੋਈਆਂ ਨੇ। ਦਸਵੇਂ ਪਾਤਸ਼ਾਹ ਕੋਲ ਜਾ ਕੇ ਸਿੱਖ ਪੁੱਛਦੇ ਹੈ ਕਿ ਮਹਾਰਾਜ ਹੁਣ ਸਾਡਾ ਟਿਕਾਣਾ ਕਿੱਥੇ ਹੈ, ਹੁਣ ਅਸੀਂ ਕਿਹਦੇ ਕੋਲ ਜਾਣਾ? ਆਪਣਾ ਦੁੱਖ ਸੁਣਾਉਣ, ਆਪਣਾ ਜੀਵਨ ਸਵਾਰਨ, ਆਪਣੀ ਜ਼ਿੰਦਗੀ ਬਦਲਣ, ਹੁਣ ਸਾਡਾ ਟਿਕਾਣਾ, ਸਾਡਾ ਘਰ ਕਿਹੜਾ ਹੈ, ਕਿਹੜਾ ਵਾਸਾ ਹੈ? ਹੈਰਾਨੀ ਦੀ ਗੱਲ, ਮਹਾਰਾਜ ਸਾਨੂੰ ਪੱਕਾ ਟਿਕਾਣਾ ਦੇ ਗਏ। ਇਹ ਸੱਚ ਹੈ, ਪੱਕਾ ਪੱਕਾ ਟਿਕਾਣਾ। ਮਹਾਰਾਜ ਨੇ ਆਖਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਲੈ ਹੁਣ ਸਿੱਖਾ, ਕਿਤੇ ਜਾਣ ਦੀ ਲੋੜ ਨਹੀਂ, ਜਦੋਂ ਮੈਨੂੰ ਮਿਲਣਾ ਪੱਕਾ ਪਤਾ, ਜਿੱਥੇ ਨਿਸ਼ਾਨ ਸਾਹਿਬ ਝੂਲਦਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਗੁਰੂ ਮਹਾਰਾਜ ਬਿਰਾਜਮਾਨ ਹੈ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਬਾਣੀ ਗੁਰੂ ਗੁਰੂ ਹੈ ਬਾਣੀ, ਔਰ ਸਾਡਾ ਸਵਾਲ ਹੈ ਸ਼ਬਦ ਕਿਹੜਾ ਬੋਲਦਾ ਹੁੰਦਾ, ਸ਼ਬਦ ਦੀ ਕੀ ਤਾਕਤ ਹੈ, ਸ਼ਬਦ ਦੀ ਕੀ ਮਹਾਨਤਾ ਹੈ। ਸਾਡੇ ਆਪਣੇ ਭੈਣ ਭਰਾਵਾਂ ਨੂੰ ਗੁੰਮਰਾਹ ਕਰਕੇ ਸ਼ਬਦ ਗੁਰੂ ਤੋਂ ਦੂਰ ਕੀਤਾ ਜਾ ਰਿਹਾ ਹੈ। ਇਹ ਸੱਚਾਈ ਹੈ ਕਿ ਸ਼ਬਦ ਆਪਣੇ ਆਪ 'ਚ ਕੁਝ ਨਹੀਂ ਹੈਗਾ। ਮੈਂ ਕਹਿੰਦਾ ਬਾਹਰੋਂ ਸ਼ਬਦ ਆਉਂਦੇ ਨੇ, ਫੋਨ ਆਉਂਦਾ ਹੈ ਅਤੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਕਿ ਤੁਹਾਡਾ ਪੁੱਤਰ ਪ੍ਰਦੇਸ਼ ਤੋਂ ਆ ਰਿਹਾ ਹੈ, ਭੈਣ ਨੂੰ ਚਾਅ ਚੜ੍ਹ ਜਾਂਦਾ ਮੇਰਾ ਭਰਾ ਆ ਰਿਹਾ। ਕੀ ਬੋਲੇ? ਸ਼ਬਦ ਹੀ ਬੋਲੇ ਨਾ। ਮਾਂ ਨੂੰ ਚਾਅ ਚੜ੍ਹਿਆ, ਬਾਪ ਨੂੰ ਚਾਅ ਚੜ੍ਹਿਆ, ਆਂਢੀਆਂ ਗਵਾਂਢੀਆਂ ਨੂੰ ਪਤਾ ਲੱਗਿਆ, ਇੰਨੇ ਸਾਲਾਂ ਬਾਅਦ ਗਿਆ ਇੱਕ ਪਰਦੇਸੀ ਆਪਣੇ ਘਰ ਆ ਰਿਹਾ, ਫੁੱਲਿਆ ਨਹੀਂ ਸਮਾ ਰਿਹਾ ਸਾਰਾ ਪਰਿਵਾਰ। ਸ਼ਬਦ ਆਏ ਘਰ ਦੇ ਵਿੱਚ ਫੂਨ ਰਾਹੀਂ। ਵਾਹਿਗੁਰੂ ਕਰੇ ਐਸਾ ਨਾ ਹੋਵੇ ਕਿਸੇ ਨਾਲ, ਪਰ ਕੁਦਰਤ ਦੇ ਅਟੱਲ ਸੱਚ ਸਾਹਮਣੇ ਤੁਸੀਂ, ਮੈਂ, ਆਪਾਂ ਸਾਰੇ ਛੋਟੇ ਹੈ। ਇੱਕ ਸ਼ਬਦ ਆਉਂਦਾ ਘਰ ਵਿੱਚ ਕਿ ਤੁਹਾਡਾ ਬੱਚਾ ਐਕਸੀਡੈਂਟ ਵਿੱਚ ਪ੍ਰਾਣ ਤਿਆਗ ਗਿਆ। ਉਸੇ ਘਰ 'ਚ ਸੱਥਰ ਵਿੱਚ ਜਾਂਦੇ ਨੇ, ਰੋਣਾ ਸ਼ੁਰੂ ਹੋ ਜਾਂਦਾ, ਵਰਲਾਪ ਹੋ ਰਿਹਾ, ਭੈਣ ਰੋ ਰਹੀ ਹੈ, ਮਾਂ ਰੋ ਰਿਹਾ, ਬਾਪ ਰੋ ਰਿਹਾ। ਕੀ ਸੀ ਭਾਈ ਉਹ? ਸ਼ਬਦਾਂ ਨੇ ਹਾਸੇ ਵਖੇਰੇ, ਸ਼ਬਦ ਹੀ ਘਰ ਦੇ ਵਿੱਚ ਪਹੁੰਚੇ, ਸੱਥਰ ਵਿਛ ਗਏ, ਰੋਣਾ ਚੀਕਾਂ ਵੱਜਣ ਲੱਗ ਗਈਆਂ, ਸਾਰਾ ਟੱਬਰ ਹਾਲੋ ਬਿਹਾਲ ਹੋ ਗਿਆ, ਸਾਡੇ ਘਰ ਦਾ ਜੀ ਚਲਿਆ ਗਿਆ। ਗਿਆਰਵੀਂ ਜਗ੍ਹਾ 'ਤੇ ਸ਼ੇਖ ਬ੍ਰਹਮ ਜੀ ਪਾਸੋਂ ਗੁਰੂ ਨਾਨਕ ਸਾਹਿਬ ਬਾਣੀ ਲੈਣ ਜਾਂਦੇ ਆ, ਬਾਬੇ ਫਰੀਦ ਜੀ ਦੀ ਬਾਣੀ। ਬਾਬਾ ਫਰੀਦ ਜੀ ਦੇ 11ਵੀਂ ਜਗ੍ਹਾ 'ਤੇ ਸ਼ੇਖ ਬ੍ਰਹਮ ਜੀ ਬੈਠੇ ਹੋਏ ਹੈ। ਲੰਮਾ ਸਮਾਂ ਪਹਿਲਾਂ ਬਾਬਾ ਫਰੀਦ ਜੀ ਦਾ ਗੁਰੂ ਨਾਨਕ ਸਾਹਿਬ ਤੋਂ ਪ੍ਰਕਾਸ਼ ਹੋਇਆ, ਲੰਮਾ ਸਮਾਂ ਪਹਿਲਾਂ। ਉਹਨਾਂ ਦੀ ਬਾਣੀ ਕੌਣ ਲੈ ਕੇ ਆਇਆ? ਗੁਰੂ ਨਾਨਕ ਸਾਹਿਬ। ਇਸ ਕਰਕੇ ਮਹਾਰਾਜ ਦਾ ਹੋਰ ਸ਼ੁਕਰ ਕਰਿਆ ਕਰੋ ਕਿ ਬਾਣੀ ਪਾਕ ਪੱਟਣ ਸੀ ਨਾ ਬਾਬੇ ਫਰੀਦ ਜੀ ਦੀ, ਅਤੇ ਬਾਬੇ ਫਰੀਦ ਜੀ ਦੇ ਆਪਾਂ ਦਰਸ਼ਨ ਕਰਨੋਂ ਸਾਰਿਆਂ ਨੇ ਵਾਂਝੇ ਰਹਿ ਜਾਣਾ ਸੀ ਜੇ ਗੁਰੂ ਨਾਨਕ ਸਾਹਿਬ ਇਹ ਪਰਉਪਕਾਰ ਸਾਡੇ 'ਤੇ, ਤੁਹਾਡਾ ਹੰਗਾਰਾ ਨਹੀਂ ਆਇਆ, ਜੇ ਪਰਉਪਕਾਰ ਮਹਾਰਾਜ ਸਾਡੇ 'ਤੇ ਇਹ ਕਿਰਪਾ ਕੀਤੀ ਸਤਿਗੁਰੂ ਨੇ ਕਿ ਅੱਜ ਆਪਾਂ ਬਾਬੇ ਫਰੀਦ ਜੀ ਦੀ ਬਾਣੀ ਪੜ੍ਹ ਰਹੇ ਹਾਂ। ਉੱਤੇ ਸ਼ੇਖ ਬ੍ਰਹਮ ਜੀ ਕਹਿੰਦੇ ਨੇ ਇਹਨਾਂ ਦੋ ਸ਼ਬਦਾਂ ਨਾਲ ਕੀ ਹੋਜੂ, ਤੁਸੀਂ ਲੈ ਜਾਓਗੇ ਸਲੋਕ, ਕੀ ਫਰਕ ਪੈਂਦਾ ਜੇ ਤੁਸੀਂ ਨਾ ਵੀ ਲੈ ਕੇ ਜਾਓ। ਭਾਈ ਮਰਦਾਨਾ ਜੀ ਕੁਝ ਕੜਵੇ ਸ਼ਬਦ ਬੋਲਦੇ ਨੇ ਸ਼ੇਖ ਬ੍ਰਹਮ ਨੂੰ, ਸਮਝਾਉਣ ਦਾ ਤਰੀਕਾ ਮਹਾਂਪੁਰਖਾਂ ਦਾ ਆਪਣਾ। ਉਹ ਕਹਿੰਦੇ ਸ਼ਬਦਾਂ ਨਾਲ ਕੀ ਹੋਜੂ, ਬਾਬਾ ਜੀ ਤਾਂ ਹੈ ਨਹੀਂ, ਅੱਖਰਾਂ ਨਾਲ ਕੀ ਹੋਜੂ। ਸ਼ੇਖ ਬ੍ਰਹਮ ਜੀ ਨੂੰ ਗੁੱਸਾ ਚੜ੍ਹ ਜਾਂਦਾ, ਕਹਿੰਦੇ ਬ੍ਰਹਮ ਜੀ ਗੁੱਸੇ ਕਿਉਂ ਹੋ ਗਏ? ਅਸੀਂ ਜਦੋਂ ਆਏ ਤੁਸੀਂ ਆਦਰ ਨਾਲ ਮਿਲੇ, ਪਿਆਰ ਨਾਲ ਮਿਲੇ, ਸਤਿਕਾਰ ਨਾਲ ਮਿਲੇ, ਹੁਣ ਗੁੱਸੇ ਕਿਉਂ ਹੋ ਗਏ, ਤੁਹਾਨੂੰ ਕ੍ਰੋਧਿਤ ਕਿਉਂ ਹੋ ਗਿਆ ਹਿਰਦਾ? ਕਹਿੰਦੇ ਮੈਨੂੰ ਮਾੜੇ ਬੋਲ ਬੋਲੇ ਆ, ਕਹਿੰਦੇ ਇੰਨੀ ਤਾਕਤ ਹੈ ਬੋਲਾਂ 'ਚ, ਅਸੀਂ ਕੁਛ ਨਹੀਂ ਬੋਲਿਆ, ਪਿਆਰ ਸਤਿਕਾਰ ਨਾ ਮਿਲੇ, ਕੌੜੇ ਬੋਲ ਬੋਲੇ, ਤੁਹਾਡਾ ਹਿਰਦਾ ਕ੍ਰੋਧਿਤ ਹੋਇਆ ਬੋਲਾਂ 'ਚ, ਇੰਨੀ ਬੋਲਾਂ ਦੀ ਤਸੀਰ ਹੁੰਦੀ। ਬੋਲ ਠੰਡੇ ਵੀ ਹੁੰਦੇ ਆ, ਬੋਲ ਕੌੜੇ ਵੀ ਹੁੰਦੇ ਆ, ਔਰ ਸਾਰਿਆਂ ਦੇ ਜ਼ਿਕਰ ਆਇਆ ਨਾ ਮਹਾਰਾਜ ਨੇ, ਫਿੱਕੇ ਬੋਲ ਵੀ ਆਏ ਆ, ਫਿੱਕਾ ਬੋਲ ਵਗੁੱਚਣਾ ਸੁਣ ਮੂਰਖ ਮਨ ਅਜ਼ਾਨ। ਇਹ ਵੀ ਆਇਆ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਇਹ ਵੀ ਆਇਆ ਰਸਨਾ ਫਿੱਕਾ ਬੋਲਣਾ ਨਿੱਤ ਨਿੱਤ ਹੋਏ ਖਵਾਰ। ਬੋਲਾਂ ਦੀ, ਸ਼ਬਦਾਂ ਦੀ ਤਸੀਰ ਹੈ, ਫਿੱਕੇ ਨੇ, ਕੌੜੇ ਨੇ, ਸੱਚੇ ਨੇ,
ਮਹਾਰਾਜ ਕਹਿੰਦੇ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ। ਗੁਰਬਾਣੀ ਮਿੱਠੀ ਹੈ, ਸੱਚੀ ਹੈ, ਪਿਆਰੀ ਹੈ, ਸ਼ਬਦ ਸੁਣ ਕੇ ਹਿਰਦਾ ਕ੍ਰੋਧਿਤ ਹੋ ਗਿਆ। ਉਹ ਸ਼ਬਦ ਹੀ ਸਨ ਜਿਹੜੇ ਬੀਬੀ ਅਮਰੋ ਨੇ ਗਾਏ ਅਤੇ ਸਤਿਕਾਰਯੋਗ ਬਾਬਾ ਅਮਰਦਾਸ ਜੀ ਨੇ ਸੁਣੇ। ਉਹ ਬਾਬਾ ਅਮਰਦਾਸ ਜੀ ਤੋਂ ਗੁਰੂ ਅਮਰਦਾਸ ਬਣ ਗਏ। ਉਹ ਸ਼ਬਦ ਹੀ ਸੀ ਜਿਹੜੇ ਭਾਈ ਜੋਧ ਜੀ ਗਾ ਰਹੇ ਨੇ। ਭਾਈ ਲਹਿਣਾ ਜੀ ਸੁਣ ਕੇ ਗੁਰੂ ਅੰਗਦ ਸਾਹਿਬ ਦੀ ਪਦਵੀ 'ਤੇ ਪਹੁੰਚ ਗਏ। ਇੰਨੀ ਮਹਾਨਤਾ ਹੈ ਸ਼ਬਦਾਂ ਦੀ। ਉਹ ਸ਼ਬਦ ਹੀ ਸੀ ਜਿਹੜੇ ਸ਼ਬਦਾਂ ਨੇ ਸੱਜਣ ਠੱਗ ਬਦਲਿਆ। ਉਹ ਸ਼ਬਦ ਹੀ ਸੀ ਜਿਹਦੇ ਨਾਲ ਭਾਈ ਮੰਝ ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਸਦਾ ਲਈ ਭੌਰਾ ਬਣ ਗਿਆ। ਇੰਨੀ ਤਾਕਤ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਤੇਰਾ ਕਵਣ ਗੁਰੂ ਕਿਸਕਾ ਤੂੰ ਚੇਲਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇੰਨੀ ਤਾਕਤ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਾ ਰਹੇ ਹੋ ਸ਼ਹਿਰਾਂ 'ਚ ਸਾਈਨ ਬੋਰਡ ਲੱਗੇ ਆ, ਬੋਲਦੇ ਆ, ਬੰਦੇ ਖੜ੍ਹੇ ਆ ਉੱਥੇ, ਅੱਗੇ ਲਿਖਿਆ ਆ ਰਿਹਾ ਐਗਜ਼ਿਟ, ਅੱਗੇ ਆ ਰਿਹਾ ਫਲਾਨੇ ਸਟੇਟ ਨੂੰ ਆਹ ਰਸਤਾ ਜਾ ਰਿਹਾ, ਲਿਖਿਆ ਹੀ ਹੈ, ਉੱਥੇ ਬੋਲ ਤਾਂ ਨਹੀਂ ਰਿਹਾ ਕੋਈ। ਤੁਸੀਂ ਕਿਵੇਂ ਸਾਈਨ ਬੋਰਡ ਪੜ੍ਹ ਕੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਹਾਂ? ਸਰੀਰਾਂ ਦੀ ਇੱਕ ਮਨਿਆਦ ਹੁੰਦੀ ਹੈ, ਸ਼ਬਦ ਕਦੇ ਮਰਦਾ ਨਹੀਂ ਹੁੰਦਾ, ਸ਼ਬਦ ਕਦੇ ਖਤਮ ਨਹੀਂ ਹੁੰਦਾ। ਮਹਾਰਾਜ ਨੇ ਸਾਨੂੰ ਸ਼ਬਦ ਦੇ ਲੜ ਲਾਇਆ, ਕਿੱਡੀ ਵੱਡੀ ਗੱਲ ਹੈ। ਇੰਨੀ ਕੁ ਕਿਰਪਾ ਨਾ ਕਰਦੇ, ਅੱਜ ਨੂੰ 1000-2000 ਕੱਚਾ ਗੁਰੂ ਬਣਿਆ ਹੋਣਾ ਸੀ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਨਹੀਂ ਬੰਦਿਆਂ ਦੇ ਅੰਦਰ ਟਿਕਾ, ਅਤੇ ਜੇਕਰ ਇਹ ਕਾਰਜ ਮਹਾਰਾਜ ਨੇ ਨਾ ਕੀਤਾ ਹੁੰਦਾ ਤਾਂ ਅੱਜ ਨੂੰ ਕੌਮ ਹਜ਼ਾਰਾਂ ਲੱਖਾਂ ਭਾਗਾਂ 'ਚ ਵੰਡੀ ਹੁੰਦੀ, ਲੱਖਾਂ ਭਾਗਾਂ 'ਚ, ਜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪੱਲਾ ਨਾ ਫੜਾਇਆ ਹੁੰਦਾ ਸਿੱਖ ਦੇ ਹੱਥ 'ਚ। ਗੁਰੂ ਕਿਹੜਾ ਬੋਲਦਾ ਹੈ? ਸਰੀਰ ਦੀ ਲੋੜ ਤਾਂ ਹੁੰਦੀ ਹੈ ਜੀ, ਸਰੀਰ ਤੋਂ ਬਿਨਾਂ ਗੁਰੂ ਕਿੱਦਾਂ ਬੋਲੇਗਾ? ਚਲੋ ਮੰਨ ਲਿਆ ਕਿ ਮੈਂ ਕਥਾ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਪਾਠ ਕਰ ਰਿਹਾ, ਕੋਈ ਪ੍ਰਵਚਨ ਕਰ ਰਿਹਾ, ਸਰੀਰ ਦੀ ਲੋੜ ਹੁੰਦੀ ਹੈ। ਪਰ ਮਹਾਰਾਜ ਨੇ ਸ਼ਬਦ ਗੁਰੂ ਨੂੰ ਸੁਣਾਉਣ ਵਾਲੇ ਬਾਰੇ ਪਤਾ ਕੀ ਸ਼ਬਦ ਵਰਤਿਆ? ਕੋਈ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਮੇਰਾ ਭਾਈ ਸੋ ਵੀਰ, ਉਹ ਸਾਡਾ ਭਰਾ ਹੋ ਸਕਦਾ ਪਰ ਗੁਰੂ ਨਹੀਂ ਹੋ ਸਕਦਾ। ਕੋਈ ਸੰਤ ਹੈ, ਸਾਧੂ ਹੈ, ਕੋਈ ਰੰਗਿਆ ਹੈ, ਜੁੜਿਆ ਹੈ, ਜਿਹੜਾ ਸਾਨੂੰ ਜੋੜਦਾ ਵਾਹਿਗੁਰੂ ਨਾਲ, ਉਹ ਕਦੇ ਗੁਰੂ ਦਾ ਦਰਜਾ ਹਾਸਲ ਨਹੀਂ ਕਰ ਸਕਦਾ, ਔਰ ਨਾ ਹੀ ਜਿਹੜਾ ਬਾਣੀ ਨੂੰ ਸਮਝਦਾ ਆਪਣੇ ਆਪ ਨੂੰ ਗੁਰੂ ਦਾ ਸ਼ਰੀਕ ਬਣਾਉਂਦਾ। ਤਿਸਕਾ ਸ਼ਰੀਕ ਕੋ ਨਹੀਂ, ਜਿਹਨੂੰ ਬਾਣੀ ਦੀ ਸਮਝ ਆ ਉਹ ਗੁਰੂ ਦਾ ਬੱਚਾ ਬਣਦਾ, ਗੁਰੂ ਦਾ ਸ਼ਰੀਕ ਨਹੀਂ ਬਣਦਾ। ਸੁਣੀ ਸੀ ਘਟਨਾ ਇੱਕ ਗੁਰਸਿੱਖ ਤੋਂ, ਕਹਿੰਦੇ ਕਿਵੇਂ ਅੱਜ ਜਿਹੜੇ ਸੁਣਾਉਣ ਵਾਲੇ ਸੀ, ਗੁਰੂ ਬਾਰੇ ਦੱਸਣ ਵਾਲੇ ਸੀ, ਖੁਦ ਗੁਰੂ ਬਣ ਕੇ ਬਹਿ ਗਏ। ਕੀ ਹੋਇਆ ਇੱਦਾਂ? ਪ੍ਰਦੇਸ਼ਾਂ ਵਿੱਚੋਂ ਇੱਕ ਬੰਦਾ ਆਪਣੀ ਪਤਨੀ ਨੂੰ ਚਿੱਠੀ ਲਿਖਦਾ। ਪਤਨੀ ਕੋਲੇ ਚਿੱਠੀ ਆਉਂਦੀ, ਉਹ ਤੋਂ ਪੜ੍ਹੀ ਨਹੀਂ ਜਾਂਦੀ ਵਿਚਾਰੀ ਤੋਂ। ਉਹ ਪਿੰਡ 'ਚ ਕਿਸੇ ਪੜ੍ਹੇ ਲਿਖੇ ਬੰਦੇ ਕੋਲ ਚਿੱਠੀ ਲੈ ਕੇ ਚਲੀ ਜਾਂਦੀ। ਤੁਹਾਨੂੰ ਪਤਾ ਇਵੇਂ ਹੀ ਹੁੰਦਾ ਸੀ, ਸਾਰੇ ਪੜ੍ਹੇ ਲਿਖੇ ਨਹੀਂ ਸੀ ਹੁੰਦੇ, ਸਾਰਿਆਂ ਨੂੰ ਪੜ੍ਹਨਾ ਨਹੀਂ ਸੀ ਆਉਂਦਾ, ਦੋ ਤਿੰਨ ਸੱਜਣ ਹੁੰਦੇ ਸਨ। ਉਹ ਸਾਡਾ ਚਿੱਠੀ ਪੱਤਰ ਕੋਈ ਬੈਂਕ 'ਚੋਂ ਆਇਆ, ਕੋਈ ਗੌਰਮੈਂਟ ਵੱਲੋਂ ਕੋਈ ਸਾਨੂੰ ਆਇਆ, ਅਸੀਂ ਉੱਥੇ ਜਾ ਕੇ ਪੜ੍ਹਾਉਂਦੇ ਸੀ। ਉਹ ਚਿੱਠੀ ਲੈ ਕੇ ਚਲੀ ਗਈ ਪਿੰਡ ਦੇ ਬੰਦੇ ਕੋਲ, ਪੜ੍ਹੇ ਲਿਖੇ ਕੋਲ। ਹੁਣ ਜਿਹਨੇ ਚਿੱਠੀ ਲਿਖੀ ਹੈ ਉਹ ਤਾਂ ਉਸੇ ਨੂੰ ਸੰਬੋਧਨ ਕਰੇਗਾ ਨਾ, ਜਿਹਦੇ ਲਈ ਲਿਖੀ ਹੈ। ਜੇ ਤੁਸੀਂ ਭੈਣ ਨੂੰ ਲਿਖ ਰਹੇ ਹੋ ਤਾਂ ਮੇਰੀ ਪਿਆਰੀ ਭੈਣ, ਭਰਾ ਨੂੰ ਲਿਖ ਰਹੇ ਹੋ ਤਾਂ ਮੇਰੇ ਭਰਾ ਜੀ, ਪਿਓ ਨੂੰ ਲਿਖ ਰਹੇ ਹੋ ਤਾਂ ਮੇਰੇ ਪਿਤਾ ਜੀ, ਮੇਰੇ ਮਾਤਾ ਜੀ।
ਹੁਣ ਪਤੀ ਸੀ, ਉਹਨੇ ਸੰਬੋਧਨ ਕੀਤਾ, ਮੇਰੀ ਪਿਆਰੀ ਪਤਨੀ। ਅੱਗੇ ਉਹ ਵਿਚਾਰ ਸ਼ੁਰੂ ਕਰਦਾ, ਮੈਂ ਠੀਕ ਹਾਂ, ਚੜ੍ਹਦੀ ਕਲਾ 'ਚ ਹੈ, ਇਵੇਂ ਇਵੇਂ ਕਰਕੇ ਉਹਨੇ ਆਪਦੀ ਪਤਨੀ ਨੂੰ ਸੰਬੋਧਨ ਕੀਤਾ ਹੋਇਆ। ਜਿਹੜਾ ਚਿੱਠੀ ਸੁਣਾ ਰਿਹਾ ਉਹ ਉਵੇਂ ਪੜ੍ਹਦਾ, ਮੇਰੀ ਪਿਆਰੀ ਪਤਨੀ। ਉਹ ਅੱਗਿਓਂ ਹੰਗਾਰਾ ਦਿੰਦੀ ਹੈ, ਉਹ ਦੂਜੀ ਵਾਰ ਫਿਰ ਸ਼ਬਦ ਆਉਂਦਾ ਮੇਰੀ ਪਿਆਰੀ ਪਤਨੀ, ਉਹ ਫਿਰ ਹੰਗਾਰਾ ਦਿੰਦੀ ਹੈ। ਅਤੇ ਕਿਸੇ ਸਿਆਣੇ ਗੁਰਸਿੱਖ ਨੇ ਗੱਲ ਸੁਣਾਈ, ਜੇ ਚਿੱਠੀ ਪੜ੍ਹਨ ਵਾਲਾ ਆਪਣੇ ਆਪ ਨੂੰ ਪਤੀ ਹੋਣ ਦਾ ਦਾਅਵਾ ਕਰੇ, ਜੇ ਪਤਨੀ ਹੰਗਾਰਾ ਭਰਦੀ ਹੈ, ਇਦੋਂ ਸੰਸਾਰ 'ਤੇ ਬੇਮੁੱਖ ਮਨਮੁੱਖ ਬੁਰਾ ਇਨਸਾਨ ਹੋ ਸਕਦਾ ਸੰਸਾਰ 'ਤੇ? ਤੂੰ ਤਾਂ ਪੜ੍ਹ ਕੇ ਸੁਣਾਈ ਹੈ ਨਾ। ਇੱਥੇ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਨਹੀਂ ਆਖਿਆ ਕਿ ਬਾਣੀ ਸਾਡੀ ਹੈ। ਉਹ ਕਹਿੰਦੇ ਨਹੀਂ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਇਹ ਕਿਹਦੀ ਬਾਣੀ ਹੈ? ਖਸਮ ਦੀ ਬਾਣੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾ ਹੋ ਜਿਓ, ਸਾਡਾ ਆਪਣਾ ਕੁਛ ਨਹੀਂ। ਇਹ ਬੋਲ ਤਾਂ ਵਾਹਿਗੁਰੂ ਦੇ ਹੈ, ਪਰ ਸੁਣਾਉਣ ਵਾਲਿਆਂ ਨੇ, ਦੁਨੀਆ 'ਚ ਪ੍ਰਚਾਰਨ ਵਾਲਿਆਂ ਨੇ ਇਹ ਦਾਅਵਾ ਕਰ ਦਿੱਤਾ ਵੀ ਅਸੀਂ ਗੁਰੂ ਹਾਂ, ਸਾਡੇ ਤੋਂ ਬਿਨਾਂ ਸ਼ਬਦ ਗੁਰੂ ਤੱਕ ਪਹੁੰਚਿਆ ਨਹੀਂ ਜਾ ਸਕਦਾ। ਇਹ ਭਰਮ ਸਿਰਜ ਲਏ। ਇੱਕ ਪ੍ਰਚਾਰ ਉਹ ਤਾਂ ਜੀ ਗੁਰੂ ਨਾਲ ਹੀ ਜੋੜਦੇ ਆ, ਉਹ ਤਾਂ ਬਾਣੀ ਨਾਲ ਹੀ ਜੋੜਦੇ ਹੈ। ਇੱਕ ਸ਼ਬਦ ਵੀ ਜੀਵਨ 'ਚੋਂ ਨਹੀਂ ਲੱਭਦਾ ਜੁੜਿਆ ਬੰਦਾ ਗੁਰਬਾਣੀ ਨਾਲ, ਇੱਕ ਸ਼ਬਦ ਵੀ ਹਿਰਦੇ 'ਚ ਨਹੀਂ ਹੈ। ਉਹ ਤਾਂ ਜੀ ਸਾਨੂੰ ਵਾਹਿਗੁਰੂ ਦੇ ਲੜ ਲਾਉਂਦੇ ਨੇ, ਗੁਰੂ ਦੇ ਲੜ ਲਾਉਂਦੇ ਨੇ। ਕਿਸੇ ਨੇ ਇਹਦੇ 'ਤੇ ਵੀ ਇੱਕ ਘਟਨਾ ਬੜੀ ਪਿਆਰੀ ਲਿਖੀ। ਉਹ ਕਹਿੰਦੇ ਵੀ ਸ਼ਿਕਾਰੀ ਸੀ ਕੋਈ, ਤੋਤੇ ਫੜਨ ਗਿਆ, ਅਤੇ ਜਦੋਂ ਜਾਲ ਪਾਉਣ ਲੱਗਾ ਤਾਂ ਤੋਤੇ ਸਿਆਣੇ, ਕਿਸੇ ਨੇ ਗੀਤ ਰਟਾਤਾ ਪਹਿਲਾਂ ਹੀ ਵੀ ਸ਼ਿਕਾਰੀ ਆਊਗਾ, ਜਾਲ ਲਗਾਊਗਾ, ਸਾਨੂੰ ਫਸਾਊਗਾ, ਅਸੀਂ ਨਹੀਂ ਫਸਣਾ। ਸ਼ਿਕਾਰੀ ਕਹਿੰਦਾ ਤੋਤੇ ਬੜੇ ਸਿਆਣੇ ਹੋ ਗਏ। ਇਹ ਕਹਾਣੀ ਉਹਨਾਂ ਸਿੱਖਾਂ ਲਈ ਹੈ, ਹਿਰਦੇ 'ਚ ਮੈਂ ਦਰਦ ਭਰੀ ਦਾਸਤਾਨ ਸਾਂਝੀ ਕਰ ਰਿਹਾ, ਨਾ ਕਿ ਤਰਕ ਨਾਲ ਕਿਸੇ ਦਾ ਹਿਰਦਾ ਤੋੜ ਰਿਹਾ। ਇਹ ਮੇਰੇ ਅੰਦਰਲੀ ਪੀੜ ਹੈ, ਮੇਰੇ ਅੰਦਰਲਾ ਦਰਦ ਹੈ ਕਿ ਸਿੱਖਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ 'ਚ ਅਤੇ ਗੁਰੂ ਮੰਨਣ 'ਚ ਬਹੁਤ ਵੱਡਾ ਫਰਕ ਹੁੰਦਾ। ਤੇਰੇ ਸੁਭਾਅ ਤੋਂ ਲੱਗਦਾ ਨਹੀਂ ਵੀ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ। ਜਾਣੇ ਅਣਜਾਣੇ 'ਚ ਜੁੜੇ ਅਸੀਂ ਬੰਦਿਆਂ ਨਾਲ ਹੀ ਹੋਏ ਹਾਂ, ਬੰਦਿਆਂ ਤੋਂ ਪੁੱਛ ਕੀ ਕਰਦੇ ਹਾਂ ਆਪਣੇ ਜੀਵਨ 'ਚ। ਮਤਾ ਕੋਈ ਵਿਰਲੀ ਰੂਹ ਹੈ ਜਿਹੜੀ ਸਹਿਜ ਪਾਠ ਕਰਦੀ ਹੈ, ਅਰਥ ਵਿਚਾਰ ਕਰਦੀ ਹੈ, ਕੋਈ ਗੁਰਸਿੱਖ ਕੋਈ ਸਾਧੂ ਸਾਨੂੰ ਪ੍ਰਵਚਨ ਸੁਣਾਉਂਦਾ ਹੈ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਲੇਕਿਨ ਇਹਦਾ ਅਰਥ ਇਹ ਨਹੀਂ ਕਿ ਉਹਦਾ ਦਰਜਾ ਗੁਰੂ ਤੋਂ ਵੱਡਾ ਹੋ ਗਿਆ। ਹਾਂ, ਗੁਰਬਾਣੀ 'ਚ ਸਾਧ ਦਾ ਜ਼ਿਕਰ, ਸੰਤ ਦਾ ਜ਼ਿਕਰ, ਗੁਰਸਿੱਖ ਜੋ ਦਿਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ, ਇਹ ਸਤਿਕਾਰ ਹੈ। ਪਰ ਕੋਈ ਗੁਰਸਿੱਖ ਨਹੀਂ ਦਾਅਵਾ ਕਰਦਾ ਕਿ ਮੈਂ ਗੁਰੂ ਹਾਂ। ਉਹ ਕਹਿੰਦਾ ਮੈਂ ਜੋ ਵੀ ਹਾਂ, ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਜਿਹੜੇ ਅਸਲ ਸੰਤ ਹੈ ਉਹ ਤਾਂ ਦਾਅਵਾ ਨਹੀਂ ਕਰਦੇ, ਉਹ ਜੋੜਦੇ ਵੀ ਗੁਰੂ ਨਾਲ, ਪਰ ਆਪਣੀ ਪੂਜਾ ਨਹੀਂ ਕਰਾਉਂਦੇ ਗੁਰੂ ਸਾਹਿਬ ਨੂੰ ਬਰਾਬਰ ਬਾ ਕੇ। ਇੱਥੇ ਤਾਂ 50 ਲੱਖ ਦੀ ਗੱਡੀ ਦੀ ਸੀਟ 'ਤੇ ਵੀ ਚਿੱਟਾ ਤੌਲੀਆ ਰੱਖਿਆ ਹੁੰਦਾ,
ਦੁਨੀਆਂ ਨੂੰ ਸਮਝਾਇਆ ਜਾ ਰਿਹਾ ਹੁੰਦਾ ਸੀ ਬਾਬੇ ਨਾਨਕ ਦੇ ਸਿੱਖਾਂ, ਕਿਰਤ ਕਰੋ, ਮਿਹਨਤ ਕਰੋ। ਮੈਨੂੰ ਉਹ ਨਹੀਂ ਸਮਝ ਆਈ ਅਜੇ ਤੱਕ ਵੀ 40-50 ਲੱਖ ਦੀ ਗੱਡੀ ਅਤੇ ਚਿੱਟੇ ਤੌਲੀਏ ਦਾ ਕੀ ਕੰਮ, ਉਹ ਸਬਰ ਨਹੀਂ ਆਇਆ 50 ਲੱਖ ਲਾ ਕੇ। ਅੱਛਾ, ਜਿਹੜੇ ਸੰਤ ਹੈ ਉਹ ਤਾਂ ਜੁੱਤੀਆਂ ਗੰਢਦੇ ਵੀ ਸੰਤ ਹੈ, ਖੱਡੀਆਂ ਬੁਣਦੇ ਵੀ ਸੰਤ ਹੈ। ਸੰਤਾਂ ਨੂੰ ਕਾਹਦਾ ਖਤਰਾ, ਲੰਗਰ 'ਚ ਵੀ ਬਾਡੀਗਾਰਡ ਚੱਕੀ ਫਿਰਦੇ ਕਮਲੇ, ਲੰਗਰ ਵਰਤਾਉਂਦੇ ਨੇ, ਸੱਜੇ ਹੱਥ ਬਾਡੀਗਾਰਡ ਆ, ਖੱਬੇ ਹੱਥ ਨਾਲ ਪੁਲਿਸ ਖੜ੍ਹੀ ਹੈ। ਵੀ ਇਹੋ ਜਿਹਾ ਕਿਹੜਾ ਕੁ ਕਰਮ ਕਰਤਾ ਲੋਕਾਂ 'ਚ ਜਿਹੜਾ ਤੂੰ, ਤੈਨੂੰ ਡਰ ਲੱਗਦਾ? ਸੰਤ ਤਾਂ ਛਾਤੀ ਤਾਣ ਕੇ ਤੁਰਦਾ, ਉਹਨੂੰ ਕੋਈ ਡਰ ਹੈ? ਉਹ ਕਹਿੰਦਾ ਮੈਂ ਕੋਈ ਪਾਪ ਕਮਾਇਆ, ਮੈਂ ਕੋਈ ਗੁਨਾਹ ਕੀਤਾ, ਮੈਨੂੰ ਕੀ ਡਰ ਹੈ? ਮੈਨੂੰ ਕਾਹਦੀ ਸਿਕਿਉਰਿਟੀ ਦੀ ਲੋੜ ਹੈ ਭਾਈ, ਮੈਨੂੰ ਕਾਹਦਾ ਖਤਰਾ? ਜੇ ਖਤਰਾ ਤਾਂ ਮੈਥੋਂ ਸੁਸਾਇਟੀ, ਸਮਾਜ ਵਿੱਚ, ਦੁਨੀਆਂ 'ਚ ਵੱਡੀਆਂ ਗਲਤੀਆਂ ਹੋਈਆਂ ਆ, ਤਾਂ ਹੀ ਡਰ ਲੱਗਦਾ ਨਾ ਮੈਨੂੰ। ਅਤੇ ਜੇ ਡਰ ਹੈ ਤਾਂ ਮੈਂ ਫਿਰ ਗੁਰੂ ਨਾਲ ਜੁੜਿਆ ਹੀ ਨਹੀਂ। ਜਿਹੜਾ ਜੁੜਿਆ ਉਹ ਆ ਰਿਹਾ ਥੱਲੇ ਵੀ ਨਹੀਂ ਡਰਦਾ, ਉਹ ਦੇਗਾਂ 'ਚ ਉਬਾਲਾ ਖਾ ਕੇ ਵੀ ਨਹੀਂ ਡਰਦਾ। ਜੇ ਦੁਨਿਆਵੀ ਸਹਿਮ 'ਚ ਜੀ ਰਹੇ ਹਾਂ, ਉਹ ਕਿਸੇ ਨੇ ਗੱਲ ਸੁਣਾਈ ਕਿ ਦੇਖੋ ਜਾਣੇ ਨਾ ਜਾਣੇ 'ਚ ਅਸੀਂ ਸਾਰੇ ਦਾਅਵਾ ਕਰ ਰਹੇ ਹਾਂ, ਲੇਕਿਨ ਜੁੜੇ ਹੋਣ ਦੀ ਗੱਲ ਵੱਖਰੀ ਹੈ। ਉਹ ਕਹਿੰਦੇ ਸ਼ਿਕਾਰੀ ਗਿਆ, ਉਹ ਤੋਤੇ ਕਰੀ ਜਾਂਦੇ, ਸ਼ਿਕਾਰੀ ਆਊਗਾ, ਜਾਲ ਲਗਾਊਗਾ, ਸਾਨੂੰ ਫਸਾਊਗਾ, ਅਸੀਂ ਨਹੀਂ ਫਸਣਾ। ਸ਼ਿਕਾਰੀ ਕਹਿੰਦਾ ਵੀ ਤੋਤੇ ਬੜੇ ਸਿਆਣੇ ਹੋ ਗਏ ਅੱਜ ਕੱਲ੍ਹ, ਮੈਂ ਜਾਲ ਲਿਆਇਆ, ਇਹ ਪਹਿਲਾਂ ਹੀ ਕਹੀ ਜਾਂਦੇ ਆ ਵੀ ਸ਼ਿਕਾਰੀ ਆਊਗਾ, ਜਾਲ ਲਿਆਊਗਾ, ਸਾਨੂੰ ਫਸਾਊਗਾ, ਅਸੀਂ ਨਹੀਂ। ਕਹਿੰਦਾ ਵੀ ਮੈਂ ਜਿਹੜਾ ਕੰਮ ਕਰਨਾ, ਇਹ ਤਾਂ ਬੜੇ ਪੜ੍ਹ ਲਿਖ ਗਏ ਬੜੇ, ਵੀ ਮੇਰਾ ਤਾਂ ਕੰਮ ਬੰਦ ਹੋ ਗਿਆ ਹੁਣ, ਮੈਂ ਫੜ ਕੇ ਕਿੱਥੇ ਵੇਚੂੰ, ਮੇਰੀ ਤਾਂ ਰੋਜ਼ੀ ਰੋਟੀ ਗਈ। ਜਾਂਦਾ ਜਾਂਦਾ ਕਹਿੰਦਾ ਵੀ ਇਦੂ ਬਿਨਾਂ ਕਰਨਾ ਵੀ ਹੋਰ ਕੀ ਆ, ਇਹੀ ਕੰਮ ਆਉਂਦਾ, ਇਹੀ ਸਿੱਖਿਆ, ਇਹੀ ਆਪਦੇ ਪੁਰਖੇ ਕਰਦੇ ਸੀ। ਚੱਲ ਜੇ 20-30 ਨਾ ਫਸਣਗੇ ਕੀ ਪਤਾ, 1-2 ਹੀ ਡਿੱਕੇ ਆ ਜਾਣ। ਉਹਨੇ ਉੱਦਾਂ ਹੀ ਜਾਲ ਸੁੱਟਿਆ, ਚੋਗਾ ਪਾਇਆ ਵੀ ਸ਼ਿਕਾਰੀ ਆਊਗਾ, ਚੋਗਾ ਪਾਊਗਾ, ਜਾਲ ਲਗਾਊਗਾ, ਸਾਨੂੰ ਫਸਾਊਗਾ, ਉਹਨੇ ਉਵੇਂ ਕੀਤਾ। ਉਹਨੇ ਜਾਲ ਵੀ ਲਾਇਆ, ਚੋਗਾ ਵੀ ਪਾਇਆ, ਉਹਨੇ ਸਾਰੇ ਤੋਤੇ ਇਕੱਠੇ ਕਰਕੇ ਮੋਢੇ ਦੇ ਪਿੱਛੇ ਸੁੱਟ ਲਏ। ਤੋਤੇ ਫਿਰ ਵੀ ਕਰੀ ਜਾਂਦੇ ਆ, ਸ਼ਿਕਾਰੀ ਆਊਗਾ, ਚੋਗਾ ਪਾਊਗਾ, ਜਾਲ ਫਸਾਊਗਾ, ਜਾਲ ਲਾਊਗਾ, ਸਾਨੂੰ ਫਸਾਊਗਾ, ਅਸੀਂ ਨਹੀਂ ਫਸਣਾ। 99% ਸਿੱਖ ਦੇਹਧਾਰੀ ਬੰਦਿਆਂ ਕੋਲ ਖੜ੍ਹ ਕੇ ਇੱਕ ਪੰਗਤੀ ਗਾਉਂਦੇ ਹੁੰਦੇ, ਕਿਹੜੀ ਭਲਾ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਪੰਗਤੀ ਇਹ ਲਾਈਨਾਂ ਇਹ ਗਾ ਰਹੇ ਆ ਵੀ ਗੁਰੂ ਮਾਨਿਓ ਗ੍ਰੰਥ, ਅਤੇ ਜਾਲ 'ਚ ਕਿਹਦੇ ਆ, ਪੁੱਛੋਗਾ ਆਪਣੇ ਹਿਰਦੇ ਨੂੰ, ਗੁਲਾਮ ਕਿਹਦੇ ਆ? ਤੁਸੀਂ ਤਾਂ ਰੋਟੀ ਨਹੀਂ ਉਹਨਾਂ ਤੋਂ ਪੁੱਛ ਕੇ ਖਾਂਦੇ, ਕਿਵੇਂ ਕਰਨਾ? ਤੁਹਾਡੇ ਹਿਰਦੇ 'ਚ ਇੱਕ ਸਰੀਰ ਦੀ ਹਸਤੀ ਹੈ, ਗੁਰਬਾਣੀ ਦਾ ਸ਼ਬਦ ਨਹੀਂ। ਮਸਕੀਨ ਜੀ ਦੀ ਇੱਕ ਗੱਲ ਸੁਣ ਰਿਹਾ ਸਾਂ ਕੱਲ੍ਹ ਪਰਸੋਂ, ਬਹੁਤ ਪਿਆਰੀ। ਉਹ ਕਹਿੰਦੇ ਘਰੇ ਆ ਕੇ ਕਰੀ ਜਾਣਗੇ ਕੀਰਤਨੀਏ ਸਿੰਘ ਦੀ ਪੱਗ ਸੋਹਣੀ ਸੀ, ਬਾਣਾ ਸੋਹਣਾ ਸੀ, ਕੋਈ ਹਰਮੋਨੀਅਮ ਤੱਕ ਪਹੁੰਚਿਆ, ਕੋਈ ਤਬਲੇ ਤੱਕ, ਕੋਈ ਗਲੇ ਤੱਕ। ਕਹਿੰਦੇ ਟਾਵਾਂ ਆ ਜਿਹੜਾ ਗੁਰੂ ਸ਼ਬਦ ਤੱਕ ਪਹੁੰਚਿਆ। ਕੀਰਤਨੀਏ ਦਾ ਸਤਿਕਾਰ ਹੈ, ਸਾਨੂੰ ਕੀਰਤਨ ਸੁਣ ਕੇ ਐਂ ਲੱਗੇ ਵੀ ਜਿਵੇਂ ਅੱਜ ਅਸੀਂ ਇਸ ਸ਼ਬਦ ਨੂੰ ਗਾ ਕੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਬੈਠੇ ਸੀ, ਐਂ ਲੱਗੇ ਸਾਨੂੰ, ਸਾਨੂੰ ਐਂ ਲੱਗੇ ਅੱਜ ਕੀਰਤਨ ਕੀਰਤਨੀਆਂ ਸਿੰਘ ਨਹੀਂ ਸੀ ਕਰ ਰਿਹਾ, ਜਿਵੇਂ ਖੁਦ ਗੁਰੂ ਨਾਨਕ ਸਾਹਿਬ ਆਪ ਸ਼ਬਦ ਸਾਨੂੰ ਸੁਣਾ ਰਹੇ ਸੀ।
ਉਸ ਭਾਂਡੇ ਦਾ ਸਤਿਕਾਰ ਜਿਹੜੇ ਭਾਂਡੇ ਰਾਹੀਂ ਸਾਡਾ ਰੱਜ ਬਣਿਆ, ਸਾਨੂੰ ਤ੍ਰਿਪਤੀ ਮਿਲੀ, ਅਤੇ ਜੇ ਕੁਛ ਖਾਧਾ ਹੀ ਨਹੀਂ ਅਤੇ ਅੰਦਰ ਹੀ ਨਹੀਂ ਗਿਆ, ਕੀ ਕਰਾਂਗੇ? ਇੱਥੇ ਪਤਾ ਲੱਗ ਜਾਏ ਨਾ ਵੀ ਫਲਾਨੇ ਸਰੀਰ ਨੇ ਆਉਣਾ, ਗੱਡੀਆਂ ਭਰ ਭਰ ਕੇ, ਟਰਾਲੀਆਂ ਭਰ ਭਰ ਕੇ, ਅਤੇ ਅੱਧੇ ਮੇਰੇ ਵਰਗੇ ਉਹ ਆ ਜਿਨ੍ਹਾਂ ਨੇ ਕਦੇ ਰਹਿ ਰਾਸ ਦਾ ਪਾਠ ਨਹੀਂ ਕੀਤਾ, ਅੱਧਿਓਂ ਜ਼ਿਆਦਾ ਉਹ ਨੇ ਜਿਨ੍ਹਾਂ ਨੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਵਿਚਾਰਿਆਂ ਨੇ। ਕਮਾਲ ਨਹੀਂ ਹੋ ਗਈ? ਇਹਦਾ ਅਰਥ ਹੈ ਸੁਰਾਂ ਤੱਕ, ਵਾਜਿਆਂ ਤੱਕ, ਚਿਮਟਿਆਂ ਤੱਕ, ਗਲੇ ਤੱਕ ਪਹੁੰਚ ਗਏ, ਪਰ ਅਜੇ ਗੁਰੂ ਤੱਕ ਨਹੀਂ ਪਹੁੰਚੇ। ਅਤੇ ਜੇ ਤੁਸੀਂ ਸ਼ਬਦ ਗੁਰੂ ਨਾਲ ਜੁੜੇ ਹੋ ਨਾ, ਅਤੇ ਮੈਂ ਵੀਰਾਂ ਨਾਲ ਪਿਛਲੇ ਦਿਨੀ ਸਾਂਝ ਪਾ ਰਿਹਾ ਸੀ, ਗਿਆਨੀ ਪਿੰਦਰਪਾਲ ਜੀ ਗੱਲ ਸੁਣਾ ਰਹੇ ਸੀ, ਕਹਿੰਦੇ ਬਾਣੀ 'ਚ ਸ਼ਬਦ ਆਉਂਦਾ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਕੋਈ ਜਨ ਹਰ ਸਿਉਂ ਦੇਵੈ ਜੋਰ, ਜਿਹਨੇ ਗੁਰੂ ਨਾਲ ਜੁੜਨਾ ਉਹ ਕਹਿੰਦਾ ਕੋਈ ਹੋਵੇ ਪਰ ਗੱਲ ਗੁਰੂ ਦੀ ਹੋਵੇ, ਕੋਈ ਜਨ, ਇਵੇਂ ਆਇਆ ਨਾ ਭਾਈ ਸ਼ਬਦ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਕੋਈ ਜਨ ਹਰ ਸਿਉਂ ਦੇਵੈ ਜੋਰ। ਸਾਨੂੰ ਸਮਝ ਹੀ ਨਹੀਂ ਵੀ ਭਾਵੇਂ ਕੋਈ ਵੀ ਹੋਵੇ, ਉਹਨੂੰ ਸੁਣ ਕੇ ਸਾਡਾ ਹਿਰਦਾ ਗੁਰੂ ਦੇ ਨੇੜ ਹੋਵੇ, ਸਾਡਾ ਹਿਰਦਾ ਬਾਣੀ ਦੇ ਨੇੜ ਹੋਵੇ, ਉਹਨੂੰ ਸੁਣ ਕੇ ਲੱਗੇ ਆਪਾਂ ਸਹਿਜ ਪਾਠ ਸ਼ੁਰੂ ਕਰੀਏ, ਉਹਨੂੰ ਸੁਣ ਕੇ ਲੱਗੇ ਆਪਾਂ ਸਿਮਰਨ ਕਰਿਆ ਕਰੀਏ, ਆਪਾਂ ਸੇਵਾ ਕਰਿਆ ਕਰੀਏ, ਉਹਨੂੰ ਸੁਣ ਕੇ ਆਉਣ ਲੱਗੇ ਵੀ ਆਪਾਂ ਸਹਿਜ ਪਾਠ ਤੋਂ, ਗੁਰਬਾਣੀ ਦੀ ਵਿਚਾਰ ਤੋਂ ਅੱਜ ਤੱਕ ਵਾਂਝੇ ਕਿਉਂ ਹਾਂ। ਹਿਰਦਾ ਗੁਰਬਾਣੀ ਦੇ ਸਤਿਗੁਰ ਦੇ ਨੇੜ ਹੋਵੇ, ਉਹ ਕੋਈ ਵੀ ਹੋਵੇ ਸਾਡੇ ਲਈ ਸਤਿਕਾਰ ਦਾ ਪਾਤਰ ਹੈ। ਹੁਣ ਤਾਂ ਢਾਡੀਆਂ ਨੂੰ ਵੀ ਵਿਚਾਰਿਆਂ ਨੂੰ ਲਿਖਣਾ ਪੈਂਦਾ, ਉਹ ਆਏ ਨਹੀਂ ਲਿਖਦੇ ਵੀ ਫਲਾਨਾ ਸਿੰਘ ਢਾਡੀ ਜਥਾ, ਉਹਨਾਂ ਨੂੰ ਪਿੱਛੇ ਵੱਡੀ ਸਾਰੀ ਗੋਲਡ ਮੈਡਲਿਸਟ ਫਲਾਨੀ ਜਗ੍ਹਾ ਤੋਂ ਸਨਮਾਨਿਤ, ਉਹਨਾਂ ਨੂੰ ਪਤਾ ਵੀ ਇਦੂ ਬਿਨਾਂ ਨਹੀਂ ਆਉਣਾ, ਇਹਨਾਂ ਨੇ ਇਹ ਸੰਸਾਰੀ ਲੋਕ ਆ, ਇਹ ਚਮਕ ਦਮਕ ਦੇਖਣਗੇ, ਇਤਿਹਾਸ ਬਾਅਦ 'ਚ ਸੁਣਨਗੇ, ਪਹਿਲਾਂ ਇਹ ਦੇਖਣਗੇ ਅਮਰੀਕਾ ਜਾਇਆ ਆ, ਕਨੇਡਾ ਜਾਇਆ ਆ, 5-7 ਕਿਲੋ ਸੋਨਾ ਪੈ ਗਿਆ ਇਹਦੇ ਗਲ 'ਚ, ਸੱਚ ਕਰਕੇ ਜਾਣਿਓ। ਅਸੀਂ ਸੰਸਾਰੀ ਲੋਕ, ਕਿਤੇ ਨਾ ਕਿਤੇ ਸਾਡੇ 'ਤੇ ਸੰਸਾਰ ਦਾ ਪ੍ਰਭਾਵ ਹੈ, ਦੁਨੀਆ ਦਾ ਪ੍ਰਭਾਵ ਹੈ। ਜਿਹੜਾ ਸਿੱਖ ਇਦੋਂ ਉੱਪਰ ਉੱਠ ਖੜਿਆ ਨਾ, ਉਹਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨੂੰ ਸੁਣ ਕੇ ਲੱਗੇ। ਮੈਂ ਅੱਜ ਢਾਡੀ ਸਿੰਘਾਂ ਨੂੰ ਸੁਣ ਕੇ ਆਇਆ, ਮੈਨੂੰ ਆਉਣ ਲੱਗਿਆ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਖੜ੍ਹਾ ਸਿੱਖ ਰਾਜ ਨੂੰ ਮਹਿਸੂਸ ਕਰ ਰਿਹਾ ਸੀ। ਅੱਜ ਢਾਡੀ ਸਿੰਘਾਂ ਨੂੰ ਸੁਣਿਆ, ਉਹਨਾਂ ਨੂੰ ਸੁਣ ਕੇ ਮੈਨੂੰ ਆਉਣ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਜੰਗ 'ਚ ਮੈਂ ਵੀ ਹੁੰਦਾ ਅਤੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ। ਇਉਂ ਲੱਗ ਕੋਈ ਵੀ ਹੋਵੇ, ਅਸੀਂ ਸਰੀਰਾਂ ਨਾਲ ਇਸ ਕਦਰ ਜੁੜ ਗਏ ਹਾਂ ਪਿਆਰੀ ਸਾਧ ਸੰਗਤ 'ਚ। ਅਸੀਂ ਕਹਿੰਦੇ ਹਾਂ ਸ਼ਬਦ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ। ਮੈਂ ਕਵੀਰਾਂ ਨੂੰ ਗੱਲ ਸੁਣਾਈ ਵੀ, ਉਹ ਸਾਰੇ ਆਂਢ ਗਵਾਂਢ ਵੀਰ ਨੇ ਸੁਨੇਹਾ ਦੇਤਾ ਵੀ ਕੱਲ੍ਹ ਨੂੰ ਬਾਬਾ ਜੀ ਨੇ ਆਉਣਾ, ਇੰਨੇ ਵਜੇ ਇੰਨੇ ਮਿੰਟ 'ਤੇ ਬੀਬੀਓ ਤੁਸੀਂ ਘਰ ਪਹੁੰਚ ਜਾਓ। ਚਲੋ ਹੁਣ ਬੀਬੀਆਂ ਵਿਚਾਰੀਆਂ ਲੱਗੀਆਂ ਸਵੇਰੇ 3:30 ਉੱਠ ਕੇ, ਜਿੰਨਾ 3-4 ਮਹੀਨਿਆਂ ਦਾ ਕੂੜਾ ਕਰਕਟ ਸੀ ਹੂੰਝ ਮਾਰਿਆ ਉਹਨਾਂ ਨੇ ਗਲੀਆਂ ਨਾਲੀਆਂ 'ਚੋਂ, ਬੜੀ ਸਫਾਈ ਪਾਈਆਂ ਕਲੀਆਂ ਆਸੇ ਪਾਸੇ, ਸਿੱਟੇ ਫੁੱਲ ਸੈਂਟ ਲਿਆ ਕੇ ਰੱਖੇ, ਖੁਸ਼ਬੂਆਂ ਖਿਲਾਰਤੀਆਂ ਵੀ ਬਾਬਾ ਜੀ ਆ ਰਹੇ, ਬਾਬਾ ਜੀ ਆ ਰਹੇ ਆ, ਬੜੀ ਤਿਆਰੀ ਕੀਤੀ। ਉਹ ਕਹਿਣ ਲੱਗੇ ਵੀ ਅਸੀਂ 5-10 ਸਿੰਘ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਲੈ ਕੇ ਆਏ, ਪ੍ਰਕਾਸ਼ ਹੋ ਗਿਆ, ਅਰਦਾਸ ਤੋਂ ਬਾਅਦ ਮੁੱਖ ਵਾਕ ਲੈ ਕੇ ਬਾਣੀ ਦੀ ਆਰੰਭਤਾ ਹੋ ਗਈ। ਉਹਦੇ ਆਂਢ ਗਵਾਂਢ ਸੀ, ਇਕੱਲੀ ਇਕੱਲੀ ਭੈਣ ਮਾਂ ਬੀਬੀ ਆ ਕੇ ਪੁੱਛੇ ਬਾਬਾ ਜੀ ਕਦੋਂ ਆ ਰਹੇ ਆ, ਬਾਬਾ ਜੀ ਨੇ ਆਉਣਾ ਨਹੀਂ। ਉਹਦੇ ਮੈਂ ਕਿਹਾ ਵੀ ਆ ਗਏ ਬਾਬਾ ਜੀ, ਉਹ ਫਿਰ ਕੋਈ ਸੱਜੇ ਕਮਰੇ 'ਚ ਜਾਏ, ਕੋਈ ਖੱਬੇ 'ਚ ਜਾਏ, ਸਾਨੂੰ ਤਾਂ ਦਿਸੇ ਨਹੀਂ ਕਿੱਥੇ ਬੈਠੇ ਆ, ਕਿੱਥੇ ਬੈਠੇ ਆ, ਦਿਖਾਓ ਕਿੱਥੇ।
ਉਹ ਕਹਿੰਦੇ ਸਾਹਮਣੇ ਦੇਖੋ ਭਾਈ ਜੀ ਪਾਠ ਕਰ ਰਹੇ ਗੁਰੂ ਗ੍ਰੰਥ ਸਾਹਿਬ ਬਾਬਾ ਜੀ। ਅੱਛਾ ਫਿਰ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਹੀ ਕਿਹਾ ਕਹਿੰਦਾ ਉਹਨਾਂ ਨੇ। ਅੱਛਾ ਇਹ ਬਾਬਾ ਜੀ ਹੈ ਸੱਚ ਕਰਕੇ ਜਾਣਿਓ। ਆਹ ਹਾਲਤ ਹੈ ਸਾਡੀ, ਇਹ ਹਾਲਤ ਹੈ ਸਾਡੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਾਬਾ ਮੰਨਣ ਨੂੰ ਤਿਆਰ ਨਹੀਂ ਹੈਗੇ। ਇੱਥੋਂ ਤੱਕ ਪਹੁੰਚ ਗਿਆ। ਸੁਖਪਾਲ ਸਿੰਘ ਹੁਣੀ ਹੋਏ ਉਹਨਾਂ ਨੇ ਕਿਤਾਬ ਲਿਖੀ ਰਹਿਣ ਕਥਾਹੂ ਨਾਹੇ। ਇੱਦਾਂ ਦੇ ਸੀ ਸਾਡੇ ਬਜ਼ੁਰਗ, ਬਾਣੀ ਪ੍ਰਤੀ ਆਹ ਸਤਿਕਾਰ। ਕੌਣ ਕਹਿੰਦਾ ਸੰਤਾਂ ਦੀ ਨਿੰਦਿਆ ਕਰੋ, ਸੰਤ ਹੋਵੇ ਤਾਂ ਸਹੀ ਜੀ। ਕੌਣ ਕਹਿੰਦਾ ਸਾਧਾਂ ਦੀ ਨਿੰਦਿਆ ਕਰੋ, ਕੌਣ ਕਹਿੰਦਾ ਸੱਚੀਆਂ ਰੂਹਾਂ ਦਾ ਤਿਰਸਕਾਰ ਕਰੋ। ਮੈਂ ਗੁਰੂ ਦੀ ਹਜ਼ੂਰੀ 'ਚ ਗੁਰੂ ਦੇ ਭੈ 'ਚ ਕਹਿ ਰਿਹਾ, ਨੇਕ ਬੰਦੇ ਦਾ ਕਦੇ ਤਿਰਸਕਾਰ ਨਾ ਹੋ ਜੇ ਸਾਡੇ ਤੋਂ। ਸੱਚੇ ਸੰਤ ਬਾਰੇ ਸਾਥੋਂ ਕੋਈ ਸ਼ਬਦ ਨਾ ਬੋਲਿਆ ਜਾਵੇ ਬੰਦਾ। ਪਰ ਮੇਰਾ ਹਿਰਦਾ ਇਸ ਲਈ ਦੁਖਦਾ ਹੈ, ਉਹ ਝੂਠਿਆਂ ਨੂੰ ਗੁਰੂ ਦੇ ਬਰਾਬਰ ਗਦੇਲੇ ਲੈ ਕੇ ਬਹਾਉਣ ਵਾਲਿਆ, ਤੈਨੂੰ ਤਾਰੂ ਸਿੰਘ ਦੀ ਲੱਥੀ ਹੋਈ ਖੋਪਰੀ ਯਾਦ ਨਹੀਂ ਆਈ? ਸ਼ਰੀਕ ਬਣਾ ਛੱਡੇ ਤੂੰ ਤਾਂ। ਉਹ ਜਿਹੜੇ ਆਮ ਇਨਸਾਨ ਨਹੀਂ ਸੀ, ਜਿਹੜੇ ਆਮ ਇਨਸਾਨੀ ਜੀਵਨ ਤੋਂ ਥੱਲੇ ਸੀ, ਪੈਰ ਧਵਾ ਧਵਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੀਬੀਆਂ ਨੂੰ ਪਿਆਏ ਜਾ ਰਹੇ ਹੈ। ਤੁਹਾਡੇ ਕੋਲ ਵੀਡੀਓ ਨਹੀਂ ਹੈਗੀਆਂ, ਤੁਹਾਨੂੰ ਮੈਂ ਭੇਜ ਦਿਆਂਗਾ। ਸੱਚ ਕਰਕੇ ਜਾਣ ਆਹ ਰੁਤਬਾ ਜੀ ਸੰਤ ਦਾ, ਆਹ ਰੁਤਬਾ ਜੀ ਇੱਕ ਜੁੜੇ ਹੋਏ ਇਨਸਾਨ ਦਾ, ਕਿ ਤੁਸੀਂ ਪੈਰਾਂ ਦਾ ਪਾਣੀ ਧੋ ਕੇ ਪਿਆਓ ਜੀ। ਬੰਦ ਬੰਦ ਕਟਾਉਣ ਵਾਲਾ ਭਾਈ, ਖੋਪਰੀ ਲਹਾਉਣ ਵਾਲਾ ਭਾਈ, ਆਪਣੇ ਪਰਿਵਾਰ ਦੇ 84 ਮੈਂਬਰ ਸ਼ਹੀਦ ਕਰਾਉਣ ਵਾਲਾ ਭਾਈ, ਅਤੇ ਜਿਹਨੇ ਮੇਰੇ ਵਰਗੇ ਨੇ ਕੀਤਾ ਹੀ ਕੁਛ ਨਹੀਂ, ਉਹ ਸ਼੍ਰੀਮਾਨ ਮਹੇਸ਼ ਮੁਨੀ ਸੰਤ ਪਤਾ ਨਹੀਂ 108 ਬ੍ਰਹਮ ਗਿਆਨੀ, ਐਡਾ ਵੱਡਾ ਲਕਬ, ਸਾਰੀ ਗੱਡੀ ਭਰੀ ਪਈ ਹੈ, ਥੱਲੇ ਜਾ ਕੇ ਮਸਾ ਨਾ ਪੜ੍ਹਦਾ ਬੰਦਾ ਵੀ ਅੱਛਾ ਫਲਾਨਾ ਸਿੰਘ ਆ, ਕਮਾਲ ਹੋ ਗਿਆ। ਸੁਖਪਾਲ ਸਿੰਘ ਹੁਣਾਂ ਦੀ ਕਿਤਾਬ ਰਹਿਣ ਕਥਾਹੂ ਨਾਹੇ, ਉਹ ਕਹਿੰਦੇ 1947 ਦੀ ਵੰਡ ਹੋਈ, ਮੇਰੀ ਦਾਦੀ ਦਾ ਭਰਾ, ਮੇਰੇ ਪਿਓ ਦਾ ਮਾਮਾ, ਉਹ ਲਹਿੰਦੇ ਪੰਜਾਬ ਜਿਹੜਾ ਆ ਗਿਆ, ਉਹ ਲਹਿੰਦੇ ਪੰਜਾਬ ਰਹਿ ਗਈ ਦਾਦੀ, ਅਤੇ ਇਹ ਚੜ੍ਹਦੇ ਪੰਜਾਬ ਮੇਰਾ ਮਾਮਾ ਕਹਿੰਦਾ ਆ ਗਿਆ, ਦਾਦੀ ਦਾ ਭਰਾ ਕਹਿੰਦਾ ਆ ਗਿਆ। ਉਹ ਕਹਿੰਦਾ ਜਦੋਂ ਟਿਕ ਟਕਾ ਹੋਇਆ 1947 ਤੋਂ ਬਾਅਦ, ਅਤੇ ਦਾਦੀ ਨੂੰ ਉਹਦਾ ਭਰਾ ਮਿਲਣ ਆਇਆ, ਇਕੱਠੇ ਚਾਹ ਪਾਣੀ ਪੀਤਾ, ਗੱਲਾਂ ਚੱਲੀਆਂ, ਭੈਣ ਭਰਾ ਵਿਛੜੇ, ਬੜਾ ਦੁੱਖ ਸੁੱਖ ਹੋਇਆ, ਬੜਾ ਕਤਲੇਆਮ ਹੋਇਆ। ਆਜ਼ਾਦੀ ਉਹਨਾਂ ਨੂੰ ਮਿਲੀ ਹੋਣੀ ਜਿਹੜੇ ਆਜ਼ਾਦੀ ਅੱਜ ਤੱਕ ਭੋਗ ਰਹੇ ਹੈ, ਲੱਖਾਂ ਪੁੱਤ ਪੰਜਾਬ ਦਾ ਮਰਿਆ। ਕੋਈ ਸਿਆਣਾ ਬੰਦਾ ਬਜ਼ੁਰਗ ਜਿੰਨੇ ਮੈਨੂੰ ਮਿਲੇ, ਇਹਨੂੰ ਆਜ਼ਾਦੀ ਨਹੀਂ ਕਹਿੰਦਾ, ਇਹਨੂੰ ਰੌਲੇ ਹੱਲਿਆਂ ਦਾ ਵੇਲਾ ਸੀ, ਰੌਲਿਆਂ ਦਾ ਵੇਲਾ ਸੀ, ਵੱਡਾ ਟੁੱਕੀ ਦਾ ਸਮੇਂ ਸੀ, ਇਹ ਕਤਲੇਆਮ ਸੀ। ਆਜ਼ਾਦੀ ਦਾ ਦਿਨ ਉਹਨਾਂ ਲਈ ਹੋਣਾ, ਇੱਕ ਪੰਜਾਬ ਵੰਡਿਆ ਗਿਆ। ਤੁਹਾਡੀ ਅੱਧਿਓਂ ਜ਼ਿਆਦਾ ਵਿਰਾਸਤ ਲਾਹੌਰ ਰਹਿ ਗਈ, ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਜਾਣ ਬੁੱਝ ਕੇ ਲਕੀਰ ਇਸ ਤਰੀਕੇ ਨਾਲ ਖਿੱਚੀ ਗਈ ਵੀ ਮੁਲਕ ਨਹੀਂ ਵੰਡਣਾ, ਪੰਜਾਬ ਵੰਡਣਾ। ਅਤੇ ਪੰਜਾਬ ਨਾਲ ਤਾਂ ਇੰਨਾ ਧਰੋਹ ਘਮਾਇਆ ਕਮਲਿਆਂ, ਫਿਰ ਹਿਮਾਚਲ ਹਰਿਆਣਾ ਵੱਖਰਾ ਕੀਤਾ, ਕੀ ਕਹਿ ਕੇ ਬੋਲੀ ਦੇ ਆਧਾਰ 'ਤੇ ਸੂਬੇ ਵੰਡੇ ਜਾ ਰਹੇ ਹੈ। ਅਤੇ ਜਾਖਲ ਦੇ ਆਸੇ ਪਾਸੇ ਪਿੰਡ ਉਹ ਹਿੰਦੀ ਬੋਲਦੇ ਸਾਰੇ, ਹਰਿਆਣੇ ਦੇ ਵਿੱਚ ਉਹ ਪੰਜਾਬੀ ਬੋਲਦੇ ਕਿੰਨੇ ਪਿੰਡ। ਜੇ ਬੋਲੀ ਦੇ ਆਧਾਰ 'ਤੇ ਸੂਬਾ ਵੰਡਣਾ ਸੀ, ਉਹ ਵੀ ਇਨਸਾਫ ਨਹੀਂ ਜੇ ਕੀਤਾ, ਕੱਟ ਵੱਢ ਕੇ ਸਾਨੂੰ ਛੋਟਾ ਜਿਹਾ ਪੰਜਾਬ ਬਣਾਇਆ, ਸਾਡਾ ਸਾਡੀ ਆਰਥਿਕਤਾ ਨੂੰ ਠੇਸ ਪਹੁੰਚਾਉਣ ਲਈ, ਸਾਡੀ ਗਿਣਤੀ ਘੱਟ ਕਰ ਲਈ, ਕਿ ਇੱਥੋਂ ਦੇ ਜੰਮੇ ਜਾਏ ਜ਼ਾਲਮ ਅਤੇ ਜ਼ੁਲਮ ਦੇ ਵਿਰੁੱਧ ਖੜ੍ਹੇ ਹੁੰਦੇ ਨੇ, ਇਸ ਕਰਕੇ ਇਹਨਾਂ ਦੀ ਤਾਕਤ ਹੀ ਇੰਨੀ ਨਾ ਰਹੇ। ਇਹ ਸੱਚ ਹੈ।
ਅੱਜ ਸਾਰਿਆਂ ਨੂੰ ਚੰਗਾ ਲੱਗਦਾ ਸੀ ਪ੍ਰਧਾਨ ਮੰਤਰੀ, ਪਰ ਪੰਜਾਬ ਦੇ ਲੋਕਾਂ ਦੇ ਹੇਠ ਗਲੇ ਹੇਠੋਂ ਗੱਲ ਨਹੀਂ ਨਿਕਲੀ ਸਿਰਫ, ਉਹ ਕਹਿੰਦੇ ਅਸੀਂ ਧੱਕਾ ਨਹੀਂ ਹੋਣ ਦੇਣਾ। ਮਹਿੰਗਾਈ 'ਚ ਤਾਂ ਸਾਰੇ ਪਿਸ ਰਹੇ ਹੈ, ਲੇਕਿਨ ਵਿਰੋਧ ਜਦੋਂ ਹੋਇਆ ਜ਼ਾਲਮਾਂ ਦਾ, ਬੁਰਿਆਂ ਦਾ, ਭੈੜਿਆਂ ਦਾ, ਜਿੰਨੀਆਂ ਕੁ ਆਵਾਜ਼ਾਂ ਉੱਠੀਆਂ ਨੇ ਉਹ ਸਭ ਤੋਂ ਪਹਿਲਾਂ ਪੰਜਾਬ 'ਚ ਉੱਠੀਆਂ। ਇਸ ਕਰਕੇ ਨਹੀਂ ਆਪਾਂ ਪੰਜਾਬ ਦੇ ਜੰਮੇ ਹਾਂ, ਇਸ ਕਰਕੇ ਕਿ ਸਾਡੇ ਬਜ਼ੁਰਗਾਂ ਦਾ ਇਤਿਹਾਸ ਪੜ੍ਹੋ, ਅਸੀਂ ਸੰਸਾਰ ਦਾ ਭਲਾ ਕਰ ਲਈ ਆਪਣਾ ਖੂਨ ਬੜਾ ਡੋਲਿਆ। ਜੇ 100 ਸਿਰ ਲੱਗਿਆ ਮੁਲਕ ਆਜ਼ਾਦ ਕਰਨ ਦੇ ਲਈ, ਉਹਦੇ 'ਚੋਂ 90 ਸਿਰ ਸਾਡੇ ਬਜ਼ੁਰਗਾਂ ਦੇ ਲੱਗੇ। ਅਸੀਂ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਕੀਤੀਆਂ। 1947 ਨੂੰ ਵੰਡ ਹੋਈ, ਭਰਾ ਮਿਲਣ ਆਇਆ, ਭੈਣ ਸਾਹਮਣੇ ਬੈਠੀ ਹੈ, ਗੱਲਾਂ ਚੱਲੀਆਂ, ਬੜਾ ਨੁਕਸਾਨ ਹੋਇਆ, ਲੋਕਾਂ ਦੇ ਘਰ ਉੱਜੜ ਗਏ, ਮਾਲ ਡੰਗਰ ਪਤਾ ਨਹੀਂ ਕਿਹੜੇ ਪਾਸੇ ਚਲਿਆ ਗਿਆ, ਜ਼ਮੀਨਾਂ ਨਾ ਰਹੀਆਂ। ਆਪਾਂ ਕਿਰਾਏ ਦਾ ਘਰ ਬਦਲ ਕੇ ਵੀ ਦੂਜੀ ਜਗ੍ਹਾ ਜਾਂਦੇ ਹਾਂ, ਮਹੀਨਾ ਲੋਟ ਨਹੀਂ ਆਉਂਦਾ ਕੰਮ, ਖਿਮਾ ਕਰਨਾ। ਅਤੇ ਜਿਹੜੇ ਜੰਮੇ ਸੀ, ਜਾਏ ਸੀ, ਉੱਥੇ ਰਹੇ ਸੀ, ਵੱਡੇ ਹੋਏ ਸੀ, ਉਹਨਾਂ ਗਲੀਆਂ 'ਚ ਖੇਡੇ ਸੀ, ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਸਭ ਕੁਝ ਉੱਥੇ ਸੀ, ਉਹ ਵਿਚਾਰੇ ਇੱਕ ਪੋਟਲੀ 4 ਸੂਟ ਸਿਰ 'ਤੇ ਲੈ ਕੇ ਜਦੋਂ ਘਰਾਂ 'ਚੋਂ ਨਿਕਲੇ ਹੋਣੇ ਹੈ, ਅੱਜ ਬਜ਼ੁਰਗਾਂ ਨਾਲ ਗੱਲ ਕਰਕੇ ਦੇਖਿਓ ਤਾਂ ਹੀ ਰੋ ਪੈਂਦੇ ਹੋ। ਕਿਉਂਕਿ ਅਸੀਂ ਹੁਣ ਦੂਜੀ ਤੀਜੀ ਪੀੜ੍ਹੀ ਹੋ ਗਏ, ਸਾਨੂੰ ਉਹ ਦਰਦ ਓਨਾ ਮਹਿਸੂਸ ਨਹੀਂ ਨਾ ਹੁੰਦਾ ਜਿੰਨਾ ਸਾਡੇ ਪੜਦਾਦੇ ਨੂੰ ਮਹਿਸੂਸ ਹੁੰਦਾ ਸੀ, ਜਿੰਨਾ ਦਰਦ ਸਾਡੇ ਦਾਦੇ ਨੂੰ ਮਹਿਸੂਸ ਹੁੰਦਾ ਸੀ। ਉਹ ਕਹਿੰਦੇ ਭੈਣ ਪੁੱਛਦੀ ਭਰਾ ਨੂੰ ਕਿ ਜਦੋਂ ਵਿਛੜਨ ਲੱਗੇ ਜਿੰਨਾ ਸੋਨਾ, ਜਿੰਨੀਆਂ ਟੂਮਾਂ ਸੀ, ਜਿੰਨੇ ਕੁ ਵਿਚਾਰੀ ਦੇ ਕੋਲ ਗਹਿਣੇ ਸੀ, ਉਹਨੇ ਆਪਦੇ ਭਰਾ ਨੂੰ ਟਰੰਕ 'ਚ ਪਾ ਕੇ ਦੇ ਤੇ। ਅੱਜ ਭਰਾ ਮਿਲਿਆ, ਖੁਸ਼ੀ ਹੋਈ ਵੀ ਭਰਾ ਜਿਉਂਦਾ, ਦੂਜੀ ਖੁਸ਼ੀ ਹੋਈ ਵੀ ਮੈਂ ਆਪਣੀ ਜਾਇਦਾਦ ਵੀ, ਜਾਂ ਤਾਂ ਧੀਆਂ ਲਈ ਬਾਪ ਸਭ ਕੁਛ ਹੈ ਜਾਂ ਮਾਂ, ਉਹ ਚਲੇ ਜਾਣ ਅਤੇ ਫਿਰ ਭਰਾਵਾਂ ਦਾ ਘਰ ਹੀ ਉਹਨਾਂ ਲਈ ਸੰਸਾਰ ਹੁੰਦਾ, ਉਹਨਾਂ ਦਾ ਪੇਕਾ ਉਸ ਭਰਾਵਾਂ ਨਾਲ ਹੀ ਹੁੰਦਾ। ਉਹ ਕਹਿੰਦੀ ਵੀ ਵੀਰਾ ਵੀ ਉਹ ਟਰੰਕ ਕਿੱਥੇ ਆ, ਤੈਨੂੰ ਫੜਾਇਆ ਸੀ, ਸੰਭਾਲਿਆ ਵਾ। ਉਹ ਸੁਖਪਾਲ ਸਿੰਘ ਲਿਖਦਾ ਵੀ ਉਹ ਕਹਿੰਦਾ ਭੈਣੇ ਟਰੰਕ ਇੱਕ ਨਹੀਂ, ਟਰੰਕ 2 ਸੀ। ਇੱਕ ਟਰੰਕ ਵਿੱਚ ਤੇਰੇ ਗਹਿਣੇ ਸੀ, ਦੂਜੇ ਟਰੰਕ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ। ਮੈਂ ਗਹਿਣਿਆਂ ਵਾਲਾ ਟਰੰਕ ਛੱਡ ਕੇ ਗੁਰੂ ਦਾ ਸਰੂਪ ਲੈ ਕੇ ਤੁਰ ਪਿਆ, ਮੇਰੇ ਗੁਰੂ ਦੀ ਬੇਅਦਬੀ ਨਾ ਹੋ ਜਾਏ। ਕਹਿੰਦਾ ਮੈਨੂੰ ਲੱਗਿਆ ਵੀ ਸ਼ਾਇਦ ਦਾਦੀ ਨੂੰ ਗੁੱਸਾ ਆਊ ਥੋੜ੍ਹਾ ਜਿਹਾ, ਵੀ ਭਰਾ ਨੂੰ ਕਹੂਗੀ ਵੀ ਭਰਾਵਾ। ਉਹਨੇ ਉੱਠ ਕੇ ਭੱਜ ਕੇ ਭਰਾ ਜੱਫੀ 'ਚ ਲਿਆ, ਕਹਿੰਦੀ 100 ਟਰੰਕ ਕੁਰਬਾਨ ਗੁਰੂ ਗ੍ਰੰਥ ਸਾਹਿਬ ਤੋਂ। ਵੀਰਾ ਮੈਨੂੰ ਮਾਣ ਹੈ ਤੇਰੇ 'ਤੇ ਕਿ ਮੇਰੇ ਜਿਉਂਦੇ ਜੀ ਮੇਰੇ ਭਰਾ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਨਿਰਾਦਰ ਨਹੀਂ ਹੋਣ ਦਿੱਤਾ, 100 ਟਰੰਕ ਕੁਰਬਾਨ। ਕਿ ਇੰਨਾ ਸਤਿਕਾਰ! ਉਹ ਕਹਿੰਦੀ ਸੋਨਾ ਕੀ ਹੁੰਦਾ ਸੋਨਾ, ਕੰਚਨ ਸਿਉਂ ਪਾਈਆ ਨੇ ਤੋਲ ਮਨ ਦੇ, ਲੱਖਾਂ ਸੋਨੇ ਵਾਲੇ ਅਤੇ ਲੱਖਾਂ ਸੋਨਾ ਹੱਥ 'ਚ ਫੜ ਕੇ ਗੁਰੂ ਦੇ ਦਰ 'ਤੇ ਮੱਥੇ ਟੇਕ ਰਹੇ। ਹੀਰਾ ਵੀ ਤਾਂ ਸੰਸਾਰ ਦਾ ਇੱਕ ਮੁੱਲ ਹੈ, ਪਰ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਪਾਤਸ਼ਾਹ ਦੀ ਬਾਣੀ ਦਾ ਕੋਈ ਮੁੱਲ ਨਹੀਂ ਹੈ ਪਿਆਰੀ ਸਤਸੰਗ, ਇੰਨਾ ਸਤਿਕਾਰ। ਅਤੇ ਇੱਕ ਕਿਸੇ ਨੇ ਘਟਨਾ ਵੱਡੇ ਘੱਲੂਘਾਰੇ 'ਚੋਂ ਲਿਖੀ ਸੀ, ਮੈਨੂੰ ਉਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਮੈਨੂੰ ਬੜੀ ਪਿਆਰੀ ਲੱਗੀ। ਇੱਕ ਪਾਸੇ ਪੁੱਤ ਸਹਿ ਕਰਿਆ, ਦੂਜੇ ਪਾਸੇ ਗੁਰੂ ਮਹਾਰਾਜ ਦੀ ਪੋਥੀ ਆ। ਮਾਂ ਪੁੱਤ ਛੱਡ ਕੇ ਅਤੇ ਪੋਥੀ ਲੈ ਕੇ, ਉਹ ਬਜ਼ੁਰਗ ਕਹਿੰਦਾ ਵੀ ਮਾਂ ਵਾਂ ਬੱਚੇ ਛੱਡ ਚੱਲੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਚੱਲੀ ਆ। ਕਹਿੰਦੀ ਇਹ ਫੁੱਲ ਨੇ, ਮੇਰੇ ਹੱਥਾਂ 'ਚ ਬਾਗ ਦਾ ਮਾਲੀ ਹੈ,
ਇੱਕ ਫੁੱਲ ਮਿੱਧਿਆ ਵੀ ਜਾਏਗਾ ਮੈਨੂੰ ਕੋਈ ਪਰਵਾਹ ਨਹੀਂ, ਜੇ ਬਾਗ ਦਾ ਮਾਲੀ ਨਾ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਿਆ ਲੱਖਾਂ ਫੁੱਲ ਪੰਜਾਬ ਦੇ ਮੁਰਝਾ ਜਾਣਗੇ। ਮੈਂ ਆਪਣਾ ਪੁੱਤ ਕੁਰਬਾਨ ਕਰਦੀ ਹਾਂ ਲੇਕਿਨ ਮੈਂ ਸ਼ਬਦ ਗੁਰੂ ਦਾ ਨਿਰਾਦਰ ਅੱਖਾਂ ਨਾਲ ਨਹੀਂ ਦੇਖ ਸਕਦੀ। ਇਹ ਮਲੇਰਕੋਟਲੇ ਦੀ ਘਟਨਾ ਹੈ, ਮਲੇਰਕੋਟਲਾ ਜਿੱਥੇ ਵੱਡਾ ਘੱਲੂਘਾਰਾ ਵਾਪਰਿਆ, ਮਾਂ ਨੇ ਪੁੱਤ ਛੱਡ ਦਿੱਤਾ ਆਪਣਾ ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਛੱਡਿਆ। ਵਰਦੀਆਂ ਗੋਲੀਆਂ 'ਚ, ਚੱਲਦੀਆਂ ਕਿਰਪਾਨਾਂ 'ਚ, ਚੱਲਦੀਆਂ ਛਵੀਆਂ 'ਚ ਉਹ ਮਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਤੁਰ ਪਈ। ਇੰਨਾ ਸਤਿਕਾਰ ਇੱਕ ਸਿੱਖ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਚਾਹੀਦਾ ਆ, ਇੰਨਾ ਸਤਿਕਾਰ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਧੁਰ ਕੀ ਬਾਣੀ ਆਈ। ਜੇ ਅਸੀਂ ਆਏ ਹਾਂ ਸਾਨੂੰ ਮੱਥਾ ਟੇਕਣ ਦੀ ਹੈ, ਜੇ ਚਲੋ ਜਾਂਚ ਆਪਾਂ ਸੇਵਾ ਕਰਦੇ ਹਾਂ ਬਹਿੰਦੇ ਹਾਂ, ਸ਼ੁਰੂਆਤ ਵਿੱਚ ਸਾਡੇ ਲਈ ਇਹ ਵੀ ਬਹੁਤ ਆ। ਮੈਂ ਤਰਕ ਨਹੀਂ ਕਰਦਾ ਪਰ ਜਿਹੜਾ ਅਜੇ ਨੌਜਵਾਨ ਆ ਕੇ ਬਹਿੰਦਾ ਹੀ ਹੈ, ਮੱਥਾ ਟੇਕਦਾ ਮਹਾਰਾਜ ਨੂੰ, ਜੁੜਦਾ ਹੈ, ਸ਼ੁਰੂਆਤ ਵਿੱਚ ਇੰਨਾ ਬਹੁਤ ਆ। ਜੇ ਜੁੜ ਜਾਈਏ ਪਹਿਲਾਂ ਭਰੋਸਾ ਵੱਧ ਜੇ, ਵਿਸ਼ਵਾਸ ਵੱਧ ਜੇ, ਬਹਿਣਾ ਆ ਜਾਏ। ਵਿਗਿਆਨ ਕਹਿੰਦਾ ਹੈ ਕਿ ਪਹਿਲਾਂ ਗੱਲ ਸਮਝਾਓ ਫੇਰ ਮੰਨਾਂਗੇ, ਗੁਰੂ ਕਹਿੰਦਾ ਪਹਿਲਾਂ ਮੰਨ ਲਾ ਸਮਝ ਤੈਨੂੰ ਆਪੇ ਆਜੂ ਹੌਲੀ ਹੌਲੀ। ਪਹਿਲਾਂ ਬਹਿਣਾ ਸਿੱਖ ਸੰਗਤ 'ਚ, ਪਹਿਲਾਂ ਵਿਚਾਰ ਸੁਣ, ਕੀਰਤਨ ਸੁਣ, ਪਾਠ ਸੁਣ, ਮਨ ਗੁਰੂ 'ਤੇ ਯਕੀਨ ਕਰ, ਭਰੋਸਾ ਕਰ। ਮੰਨੇਗਾ, ਯਕੀਨ ਕਰੇਗਾ, ਭਰੋਸਾ ਕਰੇਗਾ, ਭਾਵੇਂ ਇੰਨੀ ਕੀ ਸਮਝ ਆ ਵੀ ਸੇਵਾ ਕਰਨੀ, ਭਾਵੇਂ ਇੰਨੀ ਕੀ ਸਮਝ ਆ ਕਿ ਆਪਾਂ ਮੱਥਾ ਟੇਕ ਕੇ ਆਉਣਾ, ਬਹਿਣਾ ਮਹਾਰਾਜ ਕੋਲ, ਤੇਰੀ ਇਹ ਵੀ ਸਮਝ ਤੈਨੂੰ ਤਾਰ ਦੇਗੀ, ਇਹ ਵੀ ਭਰੋਸਾ ਤਾਰ ਦੇਗਾ, ਤੇਰਾ ਇੰਨਾ ਭਰੋਸਾ ਇੱਕ ਦਿਨ ਤੈਨੂੰ ਬਹੁਤ ਵੱਡੀ ਸਮਝ ਦਾ ਮਾਲਕ ਬਣਾ ਦੇਗਾ, ਇੰਨਾ ਕੁ ਯਕੀਨ ਕਰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ, ਬਾਣੀ 'ਚ ਇੰਨੀ ਤਾਕਤ ਹੈ, ਜਲਣ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ, ਤੂੰ ਦਿਆਲੂ ਆ ਤੂੰ।